मां बगलामुखी धाम गुलमोहर सिटी नजदीक लम्बा पिंड चौक में श्री शनिदेव महाराज के निमित्त श्रृंखलाबद्ध हवन यज्ञ का आयोजन मंदिर परिसर में किया गया। सबसे पहले मुख्य यजमान सुरेंद्र सिंह बाबा से वैदिक रीति अनुसार गौरी गणेश नवग्रह पूजन उपरांत ब्राह्मणों ने आए हुए सभी भक्तों से हवन यज्ञ में आहुतियां डलवाई। इस सप्ताह श्री शनिदेव महाराज के हवन यज्ञ एवं जाप उपरांत मां बगलामुखी जी के निमित्त भी माला मंत्र जाप एवं हवन यज्ञ में विशेष रूप से आहुतियां डाली गई। हवन यज्ञ की पूर्णाहुति के उपरांत धाम के सेवादार नवजीत भारद्वाज ने कलयुग की दुनिया में सांसारिक आकर्षणों के प्रभाव में आकर मनुष्य भटक जाता है, ऐसे में धर्म ही मनुष्य का मार्गदर्शक सद्मार्ग पर चलने के लिए प्रेरित करता है, इसीलिए हमें धर्म से जुड़े रहना अति आवश्यक है। इस अवसर पर श्वेता भारद्वाज, कौर, पूनम प्रभाकर, सरोज बाला, अवतार सैनी, एडवोकेट राजकुमार जानू, राकेश प्रभाकर, रिंकू सैनी, बलजिंदर सिंह, अजीत कुमार, केतन शर्मा, अमन सुखा, समीर कपूर, अमरजीत सिंह, चेतन, विनोद खन्ना, अभिलक्ष्य चुघ, सुनील, राजीव, राजन शर्मा, प्रिंस ठाकुर, बलदेव सिंह, दिशांत शर्मा, विजय, सौरभ मान सहित बड़ी संख्या में श्रद्धालु मौजूद रहे। आरती उपरांत प्रसाद रूपी लंगर का भी आयोजन किया गया। जालंधर से हलचल के लिए सुरेंद्र बावा की रिपोर्ट। ਮੁਖੀ ਧਾਮ ਗੁਰਮੋਹਰ ਸਿਟੀ ਚ ਅੱਜ ਮਹਾਰਾਜ ਦੀ ਕਿਰਪਾ ਦੇ ਨਾਲ ਬਹੁਤ ਹੀ ਸ਼ਰਧਾਲੂਆਂ ਦੀ ਸ਼ਰਧਾ ਭਾਵ ਔਰ ਠੰਡ ਵੀ ਠਾਠਾ ਮਾਰਦਾ ਔਰ ਨਾਲ ਨਾਲ ਬਰਸਾਤ, ਪਰ ਜਿਹੜੇ ਭਗਤ ਹੈ ਉਹ ਵੀ ਭਗਵਾਨ ਜੀ ਨੂੰ ਅੱਜ ਇਹੀ ਕਹਿ ਰਹੇ ਆ ਵੀ ਮਹਾਰਾਜ ਤੁਹਾਡੇ ਤੋਂ ਅੱਜ ਕਿਰਪਾ ਲੈ ਕੇ ਜਾਣੀ ਹੈ ਔਰ ਤੁਹਾਡਾ ਆਸ਼ੀਰਵਾਦ ਅੱਜ ਅਸੀਂ ਗ੍ਰਹਿਣ ਕਰਕੇ ਜਾਣਾ ਔਰ ਸਾਡੀ ਸਾਰੀ ਸਮੂਹ ਸੇਵਾਦਾਰਾਂ ਵੱਲੋਂ ਇਹ ਕਰਵੱਧ ਪ੍ਰਾਰਥਨਾ ਹੈ ਕਿ ਹਰ ਸ਼ਨੀਵਾਰ ਨੂੰ ਸਵੇਰੇ 7 to 8 ਨਿਸ਼ੁਲਕ ਬਿਨਾਂ ਕਿਸੇ ਪੈਸੇ ਤੋਂ ਹਵਨ ਯੱਗ ਦਾ ਆਯੋਜਨ ਕੀਤਾ ਜਾ ਰਿਹਾ ਮਾਂ ਬਗਲਾਮੁਖੀ ਧਾਮ ਗੁਰਮੋਹਰ ਸਿਟੀ 'ਚ। ਆਪ ਵੀ ਆਓ, ਆਪਣੇ ਮਿੱਤਰਗਣ ਸੰਬੰਧੀਆਂ ਨਾਲ ਪਹੁੰਚ ਕੇ
ਇਹ ਜਿਹੜਾ ਮੌਕਾ ਹੈ, ਇਹ ਪ੍ਰਭੂ ਜੀ ਦੀ ਜਿਹੜੀ ਕਿਰਪਾ ਹੈ ਇਹਨੂੰ ਪ੍ਰਾਪਤ ਕਰੋ। ਮਹਾਰਾਜ ਜੀ ਦੇ ਨਿਮਿਤ ਜਿਹੜਾ ਸ਼ਰੰਖਲਾਪਤ ਹਵਨ ਦੇ ਕੀਤੇ ਜਾਂਦੇ ਹੈਗੇ ਆ ਹਰ ਸ਼ਨੀਵਾਰ ਨੂੰ, ਉਸ ਕੜੀ ਦੇ ਵਿੱਚ ਇਹ ਜਿਹੜਾ ਹਵਨ ਕੀਤਾ ਗਿਆ ਔਰ ਜਿਹੜੇ ਭਗਤ ਸੀਗੇ ਉਹ ਸਵੇਰ ਨੂੰ ਜਿਹੜੇ ਮੰਦਰ ਪਰਿਸਰ ਵਿੱਚ ਪਹੁੰਚ ਗਏ ਸੀ। ਬਾਰਿਸ਼ ਹੋਣ ਦੇ ਬਾਵਜੂਦ, ਠੰਡ ਹੋਣ ਦੇ ਬਾਵਜੂਦ ਵੀ ਸਾਰੇ ਭਗਤ ਜਿਹੜੇ ਸਵੇਰ ਤੋਂ ਹੀ ਮੰਦਰ ਪਰਿਸਰ ਵਿੱਚ ਪਹੁੰਚ ਕੇ ਉਹਨਾਂ ਨੇ ਸ਼ਨੀ ਦੇਵੀ ਦਾ ਜਿਹੜਾ ਆਸ਼ੀਰਵਾਦ ਉਹ ਪ੍ਰਾਪਤ ਕੀਤਾ। ਇੱਥੇ ਮੈਂ ਇਹ ਵੀ ਗੱਲ ਕਹਿਣੀ ਚਾਹੁੰਦਾ ਕਿ ਮਾਂ ਬਗਲਾਮੁਖੀ ਧਾਮ ਜਿਹੜਾ ਕਿ ਗੁਰਮੁਖ ਦੀ ਲੰਮਾ ਪੰਚਾਉਂਦ ਕੋਲ ਸਥਿਤ ਹੈ, ਉੱਥੇ ਨਵਗ੍ਰਹਿ ਮੰਦਰ ਜਿਹੜਾ ਉਹਦੀ ਸਥਾਪਨਾ ਕੀਤੀ ਜਾ ਰਹੀ ਹੈਗੀ ਹੈ ਔਰ ਉਹਦੇ ਵਿੱਚ ਸਾਰੇ ਜਿਹੜੇ ਆਪਣੇ 9 ਦੇ 9 ਗ੍ਰਹਿ ਹੈਗੇ ਆ ਉਹਨਾਂ ਦਾ ਜਿਹੜਾ ਉੱਥੇ ਉਹ ਮੂਰਤੀ ਸਥਾਪਨਾ ਕੀਤੀ ਜਾਏਗੀ ਔਰ ਸਾਰੇ ਭਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈਗੀ ਹੈ ਕਿ ਕੋਈ ਵੀ ਭਗਤ ਜਿਹੜਾ ਨਵਗ੍ਰਹਿ ਮੰਦਰ ਦੇ ਲਈ ਜਿਹੜੀ ਸਥਾਪਨਾ ਹੋ ਰਹੀ ਹੈ, ਕੋਈ ਵੀ ਦਾਨ ਜਿੱਦਾਂ ਕਿ ਸੀਮਟ ਹੈ, ਸਟੀਲ ਹੈ ਜਾਂ ਕੋਈ ਪੈਸੇ ਹੈ ਜਾਂ ਕੋਈ ਵੀ ਜਿਹੜੀ ਚੀਜ਼ ਉਹ ਵਸਤੂ ਦਾਨ ਕਰਨੀ ਚਾਹੁੰਦਾ ਹੈਗਾ ਉਹ ਮੰਦਰ ਪਰਿਸਰ ਦੇ ਵਿੱਚ ਨਵਜੀਤ ਜੀ ਨੂੰ, ਕਪੂਰ ਸਾਹਿਬ ਨੂੰ ਜਾਂ ਕਿਸੇ ਵੀ ਸੇਵਾਦਾਰ ਨੂੰ ਸੰਪਰਕ ਕਰ ਸਕਦਾ ਹੈਗਾ ਔਰ ਉੱਥੇ ਆ ਕੇ ਉਹ ਪ੍ਰਭੂ ਜੀ ਦਾ ਆਸ਼ੀਰਵਾਦ ਲਵੇ।